ਅਸਲਾਮ ਵਾਲੇਕੁਮ ਜੀ, ਮੈਂ ਹਾਂ ਬੱਬੂ ਰਾਣਾ ਔਰ ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ। ਅੱਜ ਦਾ ਵੀਡੀਓ ਜਿਹੜਾ ਹੈ ਉਹ ਮੈਂ ਮਤਲਬ ਕਾਫੀ ਦਿਨਾਂ ਬਾਅਦ ਇੱਕ ਤਾਂ ਵੀਡੀਓ ਕਰ ਰਿਹਾ ਵਾ, ਔਰ ਸੈਕੰਡਲੀ ਇਹ ਕਿ ਇੱਕ ਵਲੌਗ ਮੇਰੇ ਅੱਖਾਂ ਦੇ ਸਾਹਮਣੇ ਗੁਜ਼ਰਿਆ ਰਾਤੀ। ਬੜਾ ਹੀ ਕਹਿ ਲਓ ਕਿ ਉਹ ਵਲੌਗ ਵੇਖ ਕੇ ਬੜਾ ਗੁੱਸਾ ਚੜਿਆ ਔਰ ਮੇਰਾ ਦਿਲ ਕੀਤਾ ਕਿ ਅਗਰ ਉਹ ਬੰਦਾ ਮੇਰੇ ਸਾਹਮਣੇ ਹੁੰਦਾ ਤਾਂ ਮੈਂ ਜ਼ਰੂਰ ਉਹਨੂੰ ਪੁੱਛਦਾ ਕਿ ਯਾਰ ਤੂੰ ਇਹ ਕੀ ਹਰਕਤ ਕੀਤੀ ਜਾਂ ਉਹਦੇ ਟੱਕਰ ਮਾਰਦਾ, ਇੰਨਾ ਗੁੱਸਾ ਚੜਿਆ। ਇੱਕ ਚੈਨਲ ਹੈਗਾ ਯੂਟਿਊਬ ਦਾ, ਮੈਂ ਪਹਿਲੇ ਵੀ ਉਹਦੇ ਵੀਡੀਓ ਵੇਖਦੇ ਸੀ ਔਰ ਮੈਂ ਜ਼ਾਤੀ ਤੌਰ 'ਤੇ ਉਹਦਾ ਕਹਿ ਲਓ ਕਿ ਉਹਦਾ ਬੜਾ ਫੈਨ ਸੀ, ਮੈਂ ਉਹਦੇ ਵੀਡੀਓ ਵੇਖਦਾ ਸੀ ਪਹਿਲੇ ਵੀ। ਅਰਮਗਾਨ ਲੜਕਾ ਹੈਗਾ, ਕੋਈ ਲੜਕਾ ਵੀ ਨਹੀਂ, ਬੜਾ ਉਹਦਾ ਮਚੋਰ ਬਾਂਦਰ ਦਾ ਮੂੰਹ ਹੈ ਉਹਦਾ। ਉਹਦਾ ਚੈਨਲ ਦਾ ਨਾਂ ਹੈ ਪੜਖੱਚੇ, ਮੇਰਾ ਖਿਆਲ ਪੜਖੱਚੇ ਇਸ ਤਰ੍ਹਾਂ ਦਾ ਕੋਈ ਸ਼ੋਅ ਕਰਦਾ, ਪੋਲੀਟੀਕਲ ਸਟਾਇਲ ਉਹਦਾ ਸ਼ੋਅ ਹੁੰਦਾ ਸੀ। ਇੱਕ ਦੂਸਰੇ ਦੀ ਪਾਰਟੀਆਂ ਨੂੰ ਇੱਧਰ ਉਹਨੂੰ ਗੰਦਾ ਕਹਿਣਾ, ਉਹਨੂੰ ਕਹਿਣਾ ਨੂਨ ਲੀਗ ਦੇ, ਉਹ ਐਂਟੀ ਨੂਨ ਲੀਗ ਸੀ ਬਹੁਤ, ਪ੍ਰੋ ਪੀ ਟੀ ਆਈ। ਅਤੇ ਉਹ ਮੇਰਾ ਖਿਆਲ ਉਹਨੂੰ ਕੋਈ ਥੋੜ੍ਹੀ ਬਹੁਤੀ ਖਿੱਚ ਧੂਹ ਹੋਈ ਹੈ ਸਿਆਸੀ ਪਾਰਟੀਆਂ ਦੀ ਤਰਫੋਂ ਜਾਂ ਐੱਫ ਆਈ ਏ ਦੀ ਤਰਫੋਂ। ਹੁਣ ਉਹਦੇ ਕੋਲ ਟੌਪਿਕ ਕੋਈ ਨਹੀਂ ਹੈਗਾ ਅਤੇ ਉਹਨੇ ਜਜ਼ਬਾਤੀ ਹੋ ਕੇ ਜਿਹੜਾ ਟੌਪਿਕ ਇਸਤੇਮਾਲ ਕੀਤਾ ਹੈ ਕਿ ਮਤਲਬ ਬੜੇ ਹਾਸ਼ ਲਫ਼ਜ਼ ਉਹਨੇ ਕਹੇ ਨੇ ਕਿ ਜੀ, ਮੈਂ ਦੁਬਾਰਾ ਦੁਹਰਾਉਣਾ ਵੀ ਨਹੀਂ ਚਾਹੁੰਦਾ ਉਹ ਲਫ਼ਜ਼ ਜਿਹੜੇ ਉਹਨੇ ਕਹੇ ਨੇ ਸਰਦਾਰ ਕਮਾਲ ਸਾਹਿਬ ਦੇ ਬਾਰੇ ਖਾਸ ਤੌਰ 'ਤੇ, ਕਿ ਜੀ ਉਹ ਮਰ ਗਿਆ ਹੈ ਅਤੇ ਇੱਕ ਪਹਿਲੇ ਮਰਿਆ ਸੀ ਅਤੇ ਬੜਾ ਬੜਾ ਵੱਟ ਚੜ੍ਹਾਉਣ ਵਾਲੀ ਉਹਨੇ ਗੱਲਾਂ ਕੀਤੀਆਂ। ਇਸ ਮੁਆਸ਼ਰੇ ਨੂੰ ਇੰਜ ਕਰਤਾ, ਇਸ ਮੁਆਸ਼ਰੇ ਬੇਟਾ, ਇਹ ਮੁਆਸ਼ਰਾ ਪਹਿਲਾਂ ਹੀ ਖਰਾਬ ਹੈ, ਇਸ ਮੁਆਸ਼ਰੇ ਨੂੰ ਕਿਸੇ ਦੁਸ਼ਮਣ ਦੀ ਲੋੜ ਨਹੀਂ ਹੈਗੀ। ਮਾਸ਼ਾਅੱਲਾ ਆਪ ਹੀ ਇਹਦੇ 'ਤੇ ਕਰਮ ਏਟੇ ਨੇ ਕਿ ਇਹਨੂੰ ਇਹਨੂੰ ਸੱਤੇ ਹੀ ਜ਼ਵਾਲ ਨੇ, ਪਹਿਲੀ ਗੱਲ ਤਾਂ ਇਹ। ਦੂਸਰਾ ਗੱਲ, ਆਰਟਿਸਟਾਂ ਦੀ ਅਗਰ ਏਡੀ ਹੀ ਮਤਲਬ ਕਿ ਤੂੰ ਕਹਿਣਾ ਚਾਹ ਰਿਹਾ ਕਿ ਆਰਟਿਸਟਾਂ ਦੀ ਵਜ੍ਹਾ ਨਾਲ ਇਹ ਮੁਲਕ ਦੀ ਤਬਾਹੀ ਹੋ ਗਈ, ਅਖਲਾਕੀਆ ਤਬਾਹੀ ਹੋ ਗਈ, ਆਰਟਿਸਟਾਂ ਦੀ ਵਜ੍ਹਾ ਨਾਲ ਇਸ ਮੁਲਕ ਦੀ ਅਖਲਾਕੀਆ ਤਬਾਹੀ ਨਹੀਂ ਹੋਈ, ਜੈਸੀ ਡਿਮਾਂਡ ਹੋਵੇ ਨਾ ਵੈਸੀ ਸਪਲਾਈ ਹੁੰਦੀ ਹੈ, ਸਮਝਿਓ। ਅਸੀਂ ਸਾਦੇ ਡਰਾਮੇ ਕਰਕੇ ਵੀ ਦੇਖੇ ਨੇ ਥੀਏਟਰ ਦੇ ਵਿੱਚ, ਬੜੇ ਬੜੇ ਸਾਫ਼ ਸੁਥਰੇ ਡਰਾਮੇ ਵੀ ਹੋਏ ਨੇ ਅਤੇ ਆਵਾਮ ਹੱਸਦੀ ਗੰਦੀ ਗੱਲ 'ਤੇ ਹੀ ਹੈ, ਠੀਕ ਹੈ। ਮੈਂ ਤਾਂ ਹੁਣ ਥੀਏਟਰ ਕਰ ਨਹੀਂ ਰਿਹਾ ਪਿਛਲੇ ਤਕਰੀਬਨ 10-12 ਸਾਲ ਤੋਂ ਥੀਏਟਰ ਨਹੀਂ ਕਰ ਰਿਹਾ। ਮੈਂ ਜਦੋਂ ਕਰਦਾ ਸੀ ਉਦੋਂ ਵੀ ਇਹ ਹਾਲ ਸੀਗੇ, ਬੜਾ ਬੜਾ ਅੱਛਾ ਕੰਮ ਕਰਨ ਦੀ ਵੀ ਕੋਸ਼ਿਸ਼ ਕੀਤੀ, ਲੇਕਿਨ ਜਿਹੜਾ ਨਾਲ ਬੰਦਾ ਖਲੋ ਕੇ ਗੰਦੀ ਗੱਲ ਕਰ ਰਿਹਾ ਉਹਨੂੰ ਜ਼ਿਆਦਾ ਦਾਤ ਮਿਲ ਰਹੀ, ਜਿਹੜਾ ਸਾਫ਼ ਸੁਥਰਾ ਕੰਮ ਕਰ ਰਿਹਾ ਉਹਨੂੰ ਪ੍ਰੋਡਿਊਸਰ ਕਾਸਟ ਹੀ ਨਹੀਂ ਕਰ ਰਿਹਾ। ਇਹ ਤਾਂ ਹੋ ਗਈ ਥੀਏਟਰ ਦੀ ਅੰਦਰੂਨੀ ਕਹਾਣੀ ਕਿ ਆਡੀਅੰਸ ਜੋ ਮੰਗਦੀ ਹੈ ਉਹ ਐਕਟਰ ਨੂੰ ਦੇਣਾ ਪੈਂਦਾ। ਦੂਸਰੀ ਗੱਲ ਇਹਨੇ ਕੀਤੀ ਅਖਲਾਕੀਆਤ, ਕਿ ਜੀ ਅਖਲਾਕੀਆਤ ਤਬਾਹ ਕਰਤੀ ਇਸ ਕੌਮ ਦੀ, ਤੈਨੂੰ ਹੁਣ ਕੀ ਕਹਾਂ, ਮੇਰਾ ਦਿਲ ਤਾਂ ਕਰ ਰਿਹਾ ਮੈਂ ਤੈਨੂੰ ਜੋ ਜੋ ਤੂੰ ਲਫ਼ਜ਼ ਕਹੇ ਨੇ ਉਹ ਮੈਂ ਤੈਨੂੰ ਉਹ ਡਬਲ ਕਰਕੇ ਵਾਪਸ ਕਰਾਂ, ਤੈਨੂੰ ਇਸ ਗੱਲ ਦੀ ਸੈਂਸ ਨਹੀਂ ਹੈਗੀ ਕਿ ਇੱਕ ਇਨਸਾਨ ਮਰ ਗਿਆ ਹੈ ਔਰ ਉਸ ਤੋਂ ਉਹਦੇ ਜ਼ਿੰਦਾ ਤੂੰ ਵੀਡੀਓ ਕਰਦਾ ਨਾ ਜਦੋਂ ਉਹ ਜ਼ਿੰਦਾ ਸੀ, ਫਿਰ ਤੈਨੂੰ ਮਤਲਬ ਕਿ ਅੱਗੋਂ ਅਗਲਾ ਵੀ ਰਿਪਲਾਈ ਕਰਦਾ, ਤੂੰ ਜਦੋਂ ਮਰ ਗਿਆ ਹੈ, ਤਾਰਕ ਟੈਡੀ ਸਾਹਿਬ ਵੀ ਫੌਤ ਹੋ ਗਏ ਨੇ, ਸਰਦਾਰ ਕਮਾਲ ਸਾਹਿਬ ਵੀ ਫੌਤ ਹੋ ਗਏ ਨੇ, ਤੂੰ ਉਹਨਾਂ ਦੇ ਬਾਰੇ ਬਕਵਾਸ ਕਰ ਰਿਹਾ, ਕਿਸੇ ਬੇਗੈਰਤ ਇਨਸਾਨ ਤੂੰ ਉਹਦੇ ਉਹਨਾਂ ਦੇ ਸਾਹਮਣੇ ਬਕਵਾਸ ਕਰ ਰਿਹਾ ਉਹਨਾਂ ਦੇ ਬਾਅਦ 'ਚ ਉਹਨਾਂ ਦੇ ਬਣਦੇ ਕਿ ਉਹ ਮਰ ਗਿਆ, ਫਲਾਨਾ ਹੋ ਗਿਆ, ਢਿੰਪਣਾ ਹੋ ਗਿਆ। ਮੈਨੂੰ ਬਹੁਤ ਦੁੱਖ ਹੋਇਆ ਤੇਰਾ ਵੀਡੀਓ ਵੇਖ ਕੇ, ਖਾਸ ਤੌਰ 'ਤੇ ਤੂੰ ਟਾਰਗੇਟ ਕੀਤਾ ਥੀਏਟਰ ਦੀ ਕਮਿਊਨਿਟੀ ਨੂੰ, ਜਿਹੜੇ ਕਰਾਚੀਓਂ ਡਰਾਮੇ ਚੱਲ ਰਹੇ ਨੇ ਅੱਜ ਕੱਲ੍ਹ,
ਉਹ ਵੀ ਥੋੜ੍ਹਾ ਜਿਹਾ ਦੇਖ ਲੈ, ਟੀਵੀ ਡਰਾਮੇ ਜਿਹੜੇ ਚੱਲ ਰਹੇ ਨੇ ਉਹ ਵੀ ਦੇਖ ਲੈ ਕੁਛ, ਮੇਰੇ ਪਾਸ ਤੁਮ ਹੋ ਕੀ ਸੀ ਉਹ ਵੀ ਦੇਖ ਲੈ ਕੁਛ। ਇੱਕ ਹੋਰ ਨਵਾਂ ਚੱਲ ਰਿਹਾ ਜਿਹਦੇ ਵਿੱਚ ਮੁੰਡੇ ਦਾ ਚੱਕਰ ਵਿਖਾਇਆ ਹੈ, ਲੜਕੇ ਦਾ ਫੇਰ ਵਿਖਾਇਆ, ਉਹਦੇ ਉੱਤੇ ਤਾਂ ਤੇਰੀ ਕਦੀ ਜ਼ਬਾਨ ਕੁੱਤੇ ਤਰ੍ਹਾਂ ਨਹੀਂ ਭੌਂਕੀ। ਤੂੰ ਮਤਲਬ ਕਿ ਆ ਜਾ ਕੇ ਜਿਹਨੂੰ ਕੋਈ ਜਗ੍ਹਾ ਨਹੀਂ ਲੱਭਦੀ ਉਹ ਥੀਏਟਰ ਵਾਲਿਆਂ ਦੇ ਗੋਡੇ ਤੇ ਚੜ੍ਹਦਾ ਆ ਕੇ। ਹਾਂਜੀ ਮੈਂ ਬਿਲਕੁਲ ਤੈਨੂੰ ਡਿਸਲਾਈਕ ਕਰਨਾ ਸ਼ੁਰੂ ਕਰਤਾ ਹੈ, ਔਰ ਮੈਂ ਪਹਿਲੇ ਤੇਰੇ ਵੀਡੀਓ ਵੇਖਦਾ ਸੀ, ਹੁਣ ਮੈਂ ਤੇਰੇ ਤੇ ਲਾਹਨਤ ਵੀ ਨਹੀਂ ਪਾਉਣੀ। ਐਡਾ ਤੂੰ ਐਡਾ ਤੰਗ ਜ਼ੇਹਨ ਦਾ ਮਾਲਕ ਨਿਕਲਿਆ ਤੂੰ, ਸਿਰਫ ਆਪਣੇ ਲੋਕਾਂ ਦੇ ਸਾਹਮਣੇ ਮਾਇਕ ਕਰ ਰਿਹਾ ਜੀ ਦੱਸੋ ਜੀ ਵੱਡਾ ਕੰਜਰ ਮਰ ਗਿਆ ਤੇ ਛੋਟਾ ਕੰਜਰ ਮਰ ਗਿਆ। ਬੇਟਾ ਅਸਲ ਕੰਜਰ ਤੂੰ ਏ, ਜਿਹਨੂੰ ਕੋਈ ਵਿਊਜ਼ ਨਹੀਂ ਲੱਭਿਆ ਤੇ ਤੂੰ ਤੁਰ ਪਿਆ ਕਿ ਜੀ ਮੈਂ ਵਿਊਜ਼ ਲੈਣ ਦੇ ਚੱਕਰ ਚ। ਅਸਲ ਕੰਜਰ ਜਿਹੜਾ ਨਾ ਇਸ ਟਾਈਮ ਉਹ ਤੂੰ ਆਪ ਏ। ਸਾਨੂੰ ਤਾਂ ਮੂੰਹ ਭਰ ਕੇ ਤੁਸੀਂ ਕੰਜਰ ਕੰਜਰ ਕਹਿ ਦਿੰਦੇ ਹੋ, ਠੀਕ ਹੈ ਬੇਟਾ। ਮੈਂ ਹੁਣ ਉਹ ਲਫ਼ਜ਼ ਇਸਤੇਮਾਲ ਨਹੀਂ ਕਰਨਾ ਚਾਹ ਰਿਹਾ ਜਿਹੜੇ ਮੇਰੇ ਜ਼ਬਾਨ ਤੇ ਆ ਰਹੇ ਨੇ, ਮੈਂ ਫਿਰ ਵੀ ਲਿਹਾਜ਼ ਕਰ ਰਿਹਾ ਵਾਂ। ਤੂੰ ਬਹੁਤ ਬੁਰਾ ਕੀਤਾ ਹੈ ਸਰਦਾਰ ਕਮਾਲ ਸਾਹਿਬ ਦੇ ਬਾਰੇ ਵੀਡੀਓ ਕਰਕੇ, ਤਾਰਕ ਟੈਡੀ ਸਾਹਿਬ ਦਾ ਤੂੰ ਨਾਮ ਲਿਆ, ਔਰ ਸਾਡੇ ਸੀਨੀਅਰਸ ਨੂੰ ਤੂੰ ਜਿਹੜਾ ਬਕਾਇਦਾ ਜ਼ਦੋਕੋਪ ਕੀਤਾ ਹੈ, ਆਪਣੇ ਲਫ਼ਜ਼ੀ ਗੋਲਾਬਾਰੀ ਕੀਤੀ ਹੈ, ਬਹੁਤ ਬੁਰੀ ਗੱਲ ਹੈ। ਤੈਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ, ਅਰਮਗਾਨ ਬੜਾ ਤੇਰਾ, ਔਰ ਤੂੰ ਤੇਰਾ ਯੂਟਿਊਬ ਚੈਨਲ ਵੀ ਬੜੇ, ਬਹੁਤ ਬੁਰਾ ਲੱਗਾ। ਮੈਂ ਰਾਤ ਦਾ ਵੀਡੀਓ ਵੇਖਿਆ, ਮੈਨੂੰ ਸਮਝ ਨਹੀਂ ਸੀ ਆ ਰਹੀ ਮੈਂ ਕੀ ਕਰ ਰਿਹਾ, ਹੁਣ ਮੈਂ ਰਸਤੇ ਜਾ ਰਿਹਾ ਸੀ, ਮੈਂ ਇੱਕ ਜਗ੍ਹਾ ਤੇ ਖਲੋ ਕੇ ਤੇਰੇ ਬਾਰੇ ਵੀਡੀਓ ਕਰ ਰਿਹਾ ਵਾਂ ਕਿ ਇਹ ਬਹੁਤ ਨਲਾਇਕੀ। ਤੈਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ, ਤੇਰਾ ਯੂਟਿਊਬ ਚੈਨਲ ਚੱਲਦਾ ਸੀ, ਲੋਕ ਤੈਨੂੰ ਵੇਖਦੇ ਸੀ, ਆਵਾਮ ਦੇ ਜ਼ਬਾਨ ਚ ਜਿਹੜੀ ਗੱਲ ਪਾ ਦਿਓਗੇ ਆਵਾਮ ਨੇ ਉਹੀ ਕਹਿਣੀ ਹੈ। ਤੈਨੂੰ ਹੁਣ ਕੋਈ ਵਿਊਜ਼ ਨਹੀਂ ਮਿਲ ਰਿਹਾ, ਤੈਨੂੰ ਐਫ ਆਈ ਵਾਲਿਆਂ ਨੇ ਚਾਬੀ ਦਿੱਤੀ ਹੋਣੀ, ਤੈਨੂੰ ਸਿਆਸੀ ਪਾਰਟੀਆਂ ਨੇ ਤੇਰੇ ਤੇਰੇ ਕੰਨਾਂ ਚ ਡੰਡਾ ਦਿੱਤਾ ਹੋਣਾ, ਠੀਕ ਹੈ, ਤੇ ਤੈਨੂੰ ਹੁਣ ਕੋਈ ਵੀਡੀਓ ਨਹੀਂ ਮੌਜੂਦ ਨਹੀਂ ਲੱਭਿਆ ਤੇ ਤੂੰ ਆ ਜਾ ਕੇ ਇੱਧਰ ਆ ਗਿਆ ਤੇ ਜੀ ਉਹ ਫਲਾਨਾ ਹੋ ਗਿਆ ਤੇ ਸਰਦਾਰ ਕਮਾਲ ਮਰ ਗਿਆ ਤੇ ਇੱਕ ਹੋਰ ਮਰ ਗਿਆ ਤੇ ਅਖਲਾਕੀਆਤ ਕਿਹੜੀ ਅਖਲਾਕੀਆਤ, ਇੱਥੇ ਟਾਕ ਸ਼ੋਅ ਵੇਖੇ ਹੀ ਕਦੀ ਟੀਵੀ ਤੇ? ਇੱਕ ਦੂਸਰੇ ਨੂੰ ਚਪੇੜਾਂ ਮਾਰ ਰਹੇ ਹੁੰਦੇ, ਬਹਿ ਕੇ ਗਾਲਾਂ ਕੱਢ ਰਹੇ ਹੁੰਦੇ ਨੇ ਵਿੱਚ ਹੀ ਸਾਰੇ। ਕਦੀ ਅਸੈਂਬਲੀ ਦੀ ਗੁਫ਼ਤਗੂ ਸੁਣੀ ਉਹ ਪਿਛਲੇ ਦਿਨਾਂ ਜਿਹਨੇ ਕਿਹਾ ਸੀ, ਉਹ ਖਾਜਾ ਆਸਫ ਨੂੰ ਕੀ ਕਿਹਾ ਸੀ ਪਿਛਲੇ ਦਿਨਾਂ ਉਹਨੇ ਕਿ ਹਮ ਯਹਾਂ ਕਿਸੀ ਕੇ, ਉਹ ਨਹੀਂ ਤੈਨੂੰ ਅਖਲਾਕੀਆਤ, ਉਦੋਂ ਤੇ ਤੇਰੀ ਜ਼ਬਾਨ ਭੌਂਕੀ ਨਹੀਂ ਕੁੱਤੇ ਤਰ੍ਹਾਂ, ਉਦੋਂ ਤੇਰੀ ਅਖਲਾਕੀਆਤ ਕਿੱਥੇ ਸੀ? ਤੂੰ ਫਟਾਫਟ ਮਾਇਕ ਚੁੱਕ ਕੇ ਬਾਜ਼ਾਰਾਂ 'ਚ ਮੈਨੂੰ ਕਿਤੇ ਮਿਲ ਬੇਟਾ, ਡਾਇਰੈਕਟ ਮੈਂ ਤੈਨੂੰ ਦੱਸਾਂ ਬੇਗੈਰਤ ਇਨਸਾਨ, ਤੂੰ ਮੈਨੂੰ ਮਿਲ ਕਦੀ ਮੈਂ ਤੈਨੂੰ ਦੱਸਾਂ, ਜਿੰਨਾ ਮੈਨੂੰ ਤੇਰੇ ਤੇ ਵੱਟ ਨਾ ਮੈਂ ਬਕਾਇਦਾ ਤੈਨੂੰ ਮਿਲਣਾ ਔਰ ਤੈਨੂੰ ਲੱਭਣਾ ਹੋ। ਮੈਂ ਤੇਰਾ ਨੰਬਰ ਟਰੇਸ ਰਿਹਾ ਰਾਤ ਦਾ ਕਿਤੋਂ, ਤੈਨੂੰ ਮੈਂ ਕਿ ਤੂੰ ਆ ਜਿਹੜਾ ਨਾ ਥੀਏਟਰ ਕਮਿਊਨਿਟੀ ਦੇ ਲੋਕਾਂ ਨੂੰ ਜਿਹੜਾ ਤੂੰ ਪਰੇਸ਼ਾਨ ਕੀਤਾ ਹੈ, ਔਰ ਤੂੰ ਉਹਨਾਂ ਦੇ ਉੱਤੇ ਗਲਤ ਇੱਕ ਮਰੇ ਹੋਏ ਬੰਦੇ ਦੇ ਉੱਤੇ ਤੂੰ ਏਡੀਆਂ ਭੈੜੀਆਂ ਗੱਲਾਂ ਕੀਤੀਆਂ, ਜੇ ਦੋ ਦੇ ਉਹਦੇ ਕਬਰ ਦੀ ਮਿੱਟੀ ਨਹੀਂ ਸੁੱਕੀ, ਤੂੰ ਜਾ ਕੇ ਉਹਦੇ ਨਾਲ ਬਕਵਾਸ ਕਰ ਰਿਹਾ ਆਵਾਮ ਦੇ ਸਾਹਮਣੇ, ਉਹਦੇ ਖਿਲਾਫ ਉਹਦੇ ਬੋਲ ਰਿਹਾ ਜੀ ਫਲਾਨਾ ਹੋ ਗਿਆ। ਅਖਲਾਕੀਆਤ ਤੇਰੇ 'ਚ ਅਖਲਾਕੀਆਤ ਕਿਹੜੀ? ਮੈਂ ਤੇਰੇ ਵੀਡੀਓ ਵੇਖੇ ਨਾ, ਤੂੰ ਦੁਨੀਆਂ ਦਾ ਬਦਤਮੀਜ਼ ਤਰੀਨ ਇਨਸਾਨ ਹੈ, ਤੈਨੂੰ ਸੈਂਸ ਹੀ ਨਹੀਂ ਹੈਗੀ, ਤੈਨੂੰ ਮੈਨਰਿਜ਼ਮ ਹੀ ਨਹੀਂ ਪਤਾ ਇੱਕ ਸਹਾਫ਼ੀ ਦੇ ਕੀ ਲਵਾਜ਼ਮਾਤ ਹੁੰਦੇ ਨੇ, ਸਹਾਫ਼ੀ ਦਾ ਕੀ ਮੈਨਰਿਜ਼ਮ ਹੁੰਦਾ, ਜਾਂ ਸਹਾਫ਼ੀ ਦਾ ਕੀ ਟੋਨ ਟੈਂਪੋ ਹੁੰਦਾ, ਜਾਂ ਸਹਾਫ਼ੀ ਨਿਊਟਰਲ ਹੁੰਦਾ ਹੈ, ਤੈਨੂੰ ਤਾਂ ਇੰਨੀ ਨਹੀਂ ਅਕਲ। ਤੈਨੂੰ ਹੋਰ ਕਿੰਨੇ ਐਂਕਰ ਬਣਾ ਤਾ, ਇੱਕ 300 ਰੁਪਏ ਦਾ ਮਾਇਕ ਲੈ ਕੇ ਭੈੜੇ ਜਿਹੇ ਫੋਨ 'ਤੇ ਵੀਡੀਓ ਕਰਕੇ ਅਤੇ ਅਪਲੋਡ ਕਰਕੇ,